ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਬੱਬੂ ਮਾਨ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਅੜਬ ਪੰਜਾਬੀ, ਜੋ ਕਿ ਉਹਨਾਂ ਦੇ ਫੈਨਸ ਨੂੰ ਕਾਫੀ ਪਸੰਦ ਆਇਆ ਤੇ ਥੋੜੇ ਹੀ ਸਮੇਂ ਵਿੱਚ ਯੂਟਿਊਬ ਉੱਪਰ ਨੰਬਰ 1 ਟ੍ਰੈਂਡਿੰਗ ਤੇ ਛਾ ਗਏ। ਪਰ ਇਸ ਤੋਂ ਬਾਅਦ ਬੀਤੇ ਦਿਨੀ ਨਵੀਂ ਪੀੜ੍ਹੀ ਦੇ ਗਾਇਕ ਸਿੱਧੂ ਮੂਸੇਵਾਲੇ ਦਾ ਇੱਕ ਨਵਾਂ ਗੀਤ ਮਾਈ ਬਲੌਗ ਰਿਲੀਜ਼ ਹੋਇਆ, ਜਿਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਇਹ ਗੀਤ ਟ੍ਰੈਂਡਿੰਗ ਉੱਪਰ ਪਹਿਲੇ ਨੰਬਰ ਤੇ ਛਾ ਗਿਆ ਤੇ ਬੱਬੂ ਮਾਨ ਦਾ ਗੀਤ ਨੰਬਰ 1 ਤੋਂ 2 ਤੇ ਆ ਗਿਆ, ਜਿਸ ਤੋਂ ਬਾਅਦ ਮੂਸੇਵਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦਾ ਸਕਰੀਨ ਸ਼ਾਟ ਵੀ ਅਪਲੋਡ ਕੀਤਾ। ਉਹਨਾਂ ਨੇ ਇਸ ਦੇ ਨਾਲ ਇਹ ਵੀ ਲਿਖਿਆ ਕਿ ਅੱਜ ਕੱਲ੍ਹ ਕਈ ਦੁਖੀਆਂ ਜੋਕਰਾਂ ਨਾਲ ਰਲੀਆਂ ਫਿਰਦੀਆਂ, ਪਰ ਸਾਲਾ ਯੱਕਾ ਅਜੇ ਵੀ ਨਹੀਂ ਲੋਟ ਆ ਰਿਹਾ। ਬਗਾਵਤ ਲਈ ਕਲੇਜਾ ਚਾਹੀਦਾ, ਤਲਵੇ ਚੱਟਣ ਲਈ ਇੱਕ ਜੀਭ ਹੀ ਕਾਫੀ ਹੈ ਤੇ ਅੱਜ ਕੱਲ੍ਹ ਇਸੇ ਜੀਭ ਵਾਲੇ ਕਾਮਯਾਬ ਹਨ। ਹਾਲਾਂਕਿ ਇਹ ਰਿਪਲਾਈ ਸਿੱਧੂ ਨੇ ਕਿਸ ਲਈ ਲਿਖਿਆ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਫਿਲਹਾਲ ਇਸ ਮਾਮਲੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦਾ ਇਹ ਰਿਪਲਾਈ ਕਿਸ ਲਈ ਹੈ ਤੇ ਸਿੱਧੂ ਮੂਸੇਵਾਲੇ ਜਾਂ ਬੱਬੂ ਮਾਨ ਵਿੱਚੋਂ ਤੁਸੀਂ ਕਿਸ ਦੇ ਫੈਨ? ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।